ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਸੈਲਫ ਇਕ ਕੌਨਫੀਡੈਂਸ ਆਤਮ ਵਿਸ਼ਵਾਸ ਇਹ ਜੋ ਆਤਮ ਵਿਸ਼ਵਾਸ ਜਿਸ ਪ੍ਰਾਣੀ ਦੇ ਅੰਦਰ ਹੁੰਦਾ ਹੈਗਾ ਇਹ ਆਤਮ ਵਿਸ਼ਵਾਸ ਉਸ ਇਨਸਾਨ ਨੂੰ ਕਿੰਨੀਆਂ ਬਲੰਦੀਆਂ ਤੇ ਪਹੁੰਚਾ ਸਕਦਾ ਹੈਗਾ ਇਸ ਦੀ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜੋ ਆਤਮ ਵਿਸ਼ਵਾਸ ਆ ਨਾ ਕਿਸੇ ਵੀ ਇਨਸਾਨ ਦੇ ਅੰਦਰ ਇਹ ਉਸ ਪਰਮੇਸ਼ਰ ਦੀ ਦਾਤ ਹੁੰਦੀ ਆ ਉਹਦੀ ਬਖਸ਼ਿਸ਼ ਹੁੰਦੀ ਆ ਬਿਨਾਂ ਬਖਸ਼ਿਸ਼ ਤੋਂ ਆਤਮ ਵਿਸ਼ਵਾਸ ਨਹੀਂ ਜਾਗਦਾ ਆਮ ਕਰਕੇ ਆਪਾਂ ਦੇਖਦੇ ਆ ਕਿ ਜਿਨ੍ਹਾਂ ਇਨਸਾਨਾਂ ਦੇ ਅੰਦਰ ਆਦਰਵਾਦੀ ਗੁਣ ਆ ਜਿਨ੍ਹਾਂ ਦੇ ਅੰਦਰ ਇੱਕ ਵਿਸ਼ਾਲ ਹਿਰਦਾ ਹੈ ਸੇਵਾ ਕਰਨ ਦਾ ਸੇਵਾ ਦੇ ਪ੍ਰਤੀ ਜੋ ਇਨਸਾਨ ਸਮਰਪਿਤ ਹੁੰਦੇ ਆ ਉਹਨਾਂ ਦੇ ਅੰਦਰ ਜਿਹੜਾ ਆਤਮ ਵਿਸ਼ਵਾਸ ਆ ਨਾ ਉਹ ਆਪਣੇ ਆਪ ਜਾਗ ਪੈਂਦਾ ਹੈ ਇਹੋ ਜਿਹੇ ਇਨਸਾਨ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਸਮਾਪਤ ਕੇ ਕਿਸੇ ਐਸੀ ਬੁਲੰਦੀ ਤੇ ਪਹੁੰਚ ਜਾਂਦਾ ਹੈ ਕਿ ਉਹ ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਯੋਗ ਬਣਾ ਲੈਂਦੇ ਕਿ ਉਹ ਕਹਿ ਸਕਦੇ ਕਿ ਇਸ ਕੰਮ ਦੇ ਵਿੱਚ ਮੈਨੂੰ ਸਫਲਤਾ ਪ੍ਰਾਪਤ ਹੋਊਗੀ ਇਸ ਕਰਕੇ ਜਿੱਥੇ ਚਾਹ ਉਥੇ ਰਾਹ ਤੇ ਜਿੱਥੇ ਉਹ ਚਾਹੁੰਦੇ ਹਨ ਉਥੇ ਰਸਤੇ ਵੀ ਆਪਣੇ ਆਪ ਖੁੱਲ ਜਾਂਦੇ ਆ ਉਹ ਇਨਸਾਨ ਆਪਣੇ ਆਪ ਉਸ ਬੁਲੰਦੀਆਂ ਤੇ ਪਹੁੰਚ ਜਾਂਦਾ ਹੈਗਾ ਬਸ ਗੱਲ ਚਾਹਤ ਦੀ ਹੈਗੀ ਆ ਗੱਲ ਸ਼ੌਂਕ ਤੇ ਲਗਨ ਦੀ ਹੈਗੀ ਆ ਗੱਲ ਉਦਮ ਦੀ ਹੈਗੀ ਆ ਇਹ ਜਿਹੜਾ ਉਦਮ ਹੈ ਇਹ ਸਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਦਾ ਆਲਸ ਤੇ ਜੋ ਦਿਲਦਰੀ ਲੋਕੀ ਹੁੰਦੇ ਆ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਜਿਹੜਾ ਹੈ ਨਾ ਉਹ ਕਦੀ ਉਤਪੰਨ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦਾ ਮਨ ਹਮੇਸ਼ਾ ਡਰਦਾ ਰਹਿੰਦਾ ਡਰਪੋਕ ਰਹਿੰਦਾ ਹੈਗਾ ਸੋ ਇਸ ਕਰਕੇ ਉਹਨਾਂ ਦੇ ਅੰਦਰ ਇਹ ਹੌਸਲਾ ਨਹੀਂ ਪੈਦਾ ਹੁੰਦਾ ਕਿ ਉਹ ਕਿਸੇ ਵੀ ਕੰਮ ਨੂੰ ਹੱਥ ਪਾ ਸਕਣੇ ਇਸ ਕਰਕੇ ਸੈਮੇ ਸੈਮੇ ਹੋਏ ਕਿਸੇ ਵੀ ਕੰਮ ਨੂੰ ਹੱਥ ਪਾਉਂਦੇ ਤੇ ਡਰਦੇ ਰਹਿੰਦੇ ਆ ਵੀ ਇਸ ਕੰਮ ਦੇ ਵਿੱਚ ਕਿਤੇ ਮੈਨੂੰ ਘਾਟਾ ਨਾ ਪੈ ਜਾਵੇ ਕਿਤੇ ਮੈਂ ਹੇਠਾਂ ਨਾ ਗਿਰ ਜਾਮਾਂ ਜਾਂ ਇਸ ਕੰਮ ਦੇ ਕੋਈ ਰਿਜ਼ਲਟ ਜਿਹੜੇ ਉਹ ਨਤੀਜੇ ਨਾ ਪੈਦਾ ਹੋ ਜਾਣ ਪਰ ਆਤਮ ਵਿਸ਼ਵਾਸ ਵਾਲੇ ਆਦਮੀ ਜਿਹੜੇ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਚਾਹੇ ਕਿੰਨੇ ਵੀ ਮੁਸ਼ਕਲ ਹੋਵੇ ਉਹ ਸੰਘਰਸ਼ ਕਰਦੇ ਕਰਦੇ ਸਟਰਗਲ ਕਰਦੇ ਕਰਦੇ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦੇ ਆ ਕਿਉਂ ਉਹਨਾਂ ਨੂੰ ਪਤਾ ਹੁੰਦਾ ਕਿ ਡਰ ਦੇ ਅੱਗੇ ਜਿੱਤ ਹੈਗੀ ਆ ਇਸ ਕਰਕੇ ਉਹ ਆਪਣਾ ਸੰਘਰਸ਼ ਨਹੀਂ ਛੱਡਦੇ ਦੇਖੋ ਆਤਮ ਵਿਸ਼ਵਾਸ ਇਹ ਜਿਹੜੀ ਹਨਾ ਇਹ ਸਾਡੀ ਸਪਿਰਟ ਦੇ ਅੰਦਰ ਦੀ ਇੱਕ ਬਹੁਤ ਵੱਡੀ ਸ਼ਕਤੀ ਹੈਗੀ ਆ ਕਿਸੇ ਵੀ ਇਨਸਾਨ ਦਾ ਜੁੱਸਾ ਕਿੰਨਾ ਵੀ ਤਕੜਾ ਹੋਵੇ ਦੇਖਣ ਨੂੰ ਉਹਦਾ ਸਰੀਰ ਕਿੰਨਾ ਵੀ ਬਲਵਾਨ ਲੱਗਦਾ ਹੋਵੇ ਤਾਕਤਵਾਰ ਰਿਸਟ ਪਸਟ ਦੇ ਜਸਦਾ ਹੋਵੇ ਪਰ ਅਗਰ ਉਹਦੇ ਅੰਦਰ ਆਤਮ ਵਿਸ਼ਵਾਸ ਨਹੀਂ ਆਨਾ ਤਾਂ ਫਿਰ ਉਹ ਐਡਾ ਜਿਸਮ ਹੋਣ ਦੇ ਬਾਵਜੂਦ ਵੀ ਇੱਕ ਮਿੱਟੀ ਦੀ ਢੇਰੀ ਜਿਹੀ ਬਣ ਜਾਂਦਾ ਹੈਗਾ ਕਿਉਂ ਉਹਦਾ ਮਨ ਜਿਹੜਾ ਹਨਾ 부ਝਿਆ ਰਹਿੰਦਾ ਹੈਗਾ ਅੰਦਰ ਉਹਦੇ ਆਤਮ ਵਿਸ਼ਵਾਸ ਨਹੀਂ ਜਗਦਾ ਬਿਨਾਂ ਆਤਮ ਵਿਸ਼ਵਾਸ ਤੋਂ ਅੰਦਰ ਜੋਸ਼ ਨਹੀਂ ਪੈਦਾ ਹੁੰਦਾ ਅੰਦਰ ਸੁੱਤੀਆਂ ਤਾਕਤਾਂ ਨਹੀਂ ਜਗਦੀਆਂ ਇਸ ਕਰਕੇ ਕਈ ਐਸੇ ਵਿਅਕਤੀ ਦੇਖੇ ਗਏ ਜਿਹੜੇ ਹਿੰਦੁਸਤਾਨ ਦੇ ਜਾਂ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਆ ਉਹ ਕਿਸੇ ਵੀ ਮੰਜ਼ਲ ਤੇ ਪਹੁੰਚੇ ਆ ਉਹਨਾਂ ਨੇ ਇਹ ਗੱਲ ਜਿਹੜੀ ਆ ਸੁੱਤੇ ਸਿੱਧ ਜਿਹੜੀ ਆ ਉਹ ਹੀ ਆਖੀ ਆ ਕਿ ਭਾਈ ਉਹਨਾਂ ਦਾ ਅੰਦਰ ਜਿਹੜਾ ਜਦੋਂ ਕੌਨਫੀਡੈਂਸ ਆਉਂਦਾ ਹੈਗਾ ਆਤਮ ਵਿਸ਼ਵਾਸ ਆਉਂਦਾ ਫਿਰ ਉਹ ਜਿਹੜਾ ਇਨਸਾਨ ਉਹ ਫਿਰ ਫਤਿਹ ਬਲ ਪਾਦੇ ਆ ਜਿਵੇਂ ਇੱਕ ਮੁਹੰਮਦ ਜਿਹੜੇ ਹਨ ਉਹ ਬੜੇ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਇੱਕ ਚੈਂਪੀਅਨ ਕਹੇ ਜਾਂਦੇ ਆ ਉਹ ਜਿਹੜੇ ਚੈਂਪੀਅਨ ਹੈਗੇ ਬੌਕਸਿੰਗ ਦੇ ਉਹ ਦੱਸਦੇ ਆ ਕਿ ਜਦੋਂ ਉਹ ਇਸ ਗਰਾਊਂਡ ਦੇ ਵਿੱਚ ਆ ਕੇ ਆਪਣੀ ਬੌਕਸਿੰਗ ਦਾ ਪ੍ਰਦਰਸ਼ਨ ਦੁਨੀਆ ਦੇ ਸਾਹਮਣੇ ਕਰਦੇ ਆ ਮੋਰ ਲਾਜ਼ਮੀ ਜੀ ਕਿੰਨਾ ਵੀ ਤਾਕਤਵਾਰ ਹੋਵੇ ਕਹਿੰਦੇ ਫਿਰ ਕਈ ਵਾਰ ਜਿਹੜਾ ਹੈਗਾ ਮੈਂ ਉਸ ਦੇ ਜਿਹੜੀ ਮੁੱਕਿਆਂ ਦੀ ਮਾਰ ਨੂੰ ਸਹਿ ਨਹੀਂ ਸਕਦਾ ਤੇ ਫਿਰ ਮੈਂ ਜਿਹੜਾ ਬਹੋਸ਼ ਹੋ ਕੇ ਡਿੱਗ ਪੈਂਦਾ ਔਰ ਫਿਰ ਕਹਿੰਦੇ ਵੀ ਮੇਰੇ ਅੰਦਰ ਇੱਕ ਬਲ ਐਸਾ ਪੈਦਾ ਹੁੰਦਾ ਜਿਸ ਜਿਹੜਾ ਬਲ ਮੇਰੇ ਆਪਣੇ ਆਤਮ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ ਉਹ ਜਿਹੜਾ ਆਤਮ ਵਿਸ਼ਵਾਸ ਆ ਹਨਾ ਕਹਿੰਦੇ ਫਿਰ ਮੇਰੇ ਅੰਦਰ ਫਿਰ ਮੇਰਾ ਮੈਨੂੰ ਪੂਰਾ ਜੋਸ਼ ਭਰ ਦਿੰਦਾ ਹੈ ਫਿਰ ਮੈਂ ਉੱਠਦਾ ਫਿਰ ਕਹਿੰਦੇ ਮੈਂ ਉੱਠ ਕੇ ਦੁਬਾਰਾ ਫਿਰ ਇਹ ਬੌਕਸਿੰਗ ਦੇ ਖਾੜੇ 'ਚ ਖੜ ਕੇ ਫਿਰ ਕਹਿੰਦੇ ਵਿਰੋਧੀ ਧਿਰ ਨੂੰ ਲਲਕਾਰਦਾ ਜਦ ਕਹਿੰਦੇ ਉਹ ਜਿਹੜੇ ਵਿਰੋਧੀ ਧਿਰ ਵਾਲਾ ਆਦਮੀ ਮੇਰੇ ਸਾਹਮਣੇ ਆਉਂਦਾ ਫਿਰ ਆਤਮ ਵਿਸ਼ਵਾਸ ਦੀ ਇੱਕ ਵੱਡੀ ਸਾਰੀ ਜੋ ਤਾਕਤ ਦੀ ਲਹਿਰ ਆ ਕਹਿੰਦੇ ਵੀ ਉਹ ਮੇਰੇ ਅੰਦਰੋਂ ਫਿਰ ਪੈਦਾ ਹੁੰਦੀ ਆ ਫਿਰ ਕਹਿੰਦੇ ਵੀ ਮੈਂ ਉਹਨੂੰ ਇਸ ਖੇਡ ਦੇ ਵਿੱਚ ਪਛਾੜਦਾ ਹੋਇਆ ਫਿਰ ਕਹਿੰਦੇ ਮੈਂ ਫਤਿਹ ਹਾਸਲ ਕਰਦਾ ਹੈਗਾ ਇਹ ਆਤਮ ਵਿਸ਼ਵਾਸ ਕਹਿੰਦੇ ਵੀ ਇਹ ਸਭ ਤੋਂ ਵੱਡੀ ਤਾਕਤ ਹੈਗੀ ਆ ਇਸ ਤਰ੍ਹਾਂ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਕੋਈ ਪਾਦਰੀ ਜਿਹੜੇ ਸੀਗੇ ਹਨਾ ਕਿਸੇ ਚਰਚੇ ਦੇ ਵਿੱਚ ਸਾਹਮਣੇ ਬੈਠੇ ਜਿੰਨੇ ਵੀ ਲੋਕੀ ਦਰਸ਼ਕ ਸੀਗੇ ਉਹਨਾਂ ਨੂੰ ਉਪਦੇਸ਼ ਦੇ ਰਹੇ ਸੀ ਉਹ ਉਪਦੇਸ਼ ਸੀ ਆਤਮ ਵਿਸ਼ਵਾਸ ਦੇ ਉੱਤੇ ਤੇ ਉਹ ਜਿਹੜੇ ਪਾਦਰੀ ਸੀ ਹਨ ਉਹ ਇਹ ਕਹਿ ਰਹੇ ਸੀ ਕਿ ਅਗਰ ਕਿਸੇ ਵੀ ਇਨਸਾਨ ਦੇ ਅੰਦਰ ਚੌਰ ਦੇ ਦਾਣੇ ਜਿੰਨਾ ਵੀ ਆਤਮ ਵਿਸ਼ਵਾਸ ਹੋਵੇ ਤੇ ਅਗਰ ਇਹ ਆਤਮ ਵਿਸ਼ਵਾਸ ਉਹਦੇ ਅੰਦਰ ਜਾਗ ਪਵੇ ਤੇ ਸਮਾ ਪਾ ਕੇ ਉਹ ਪਹਾੜ ਰੂਬੀ ਤਾਨ ਕਰ ਸਕਦਾ ਹੈਗਾ ਤੂੰ ਜ਼ਿੰਦਗੀ ਦੇ ਕਿਸੇ ਵੀ ਸੁਪਨੇ ਨੂੰ ਆਪਣੀ ਜੀਵਨ ਦੇ ਵਿੱਚ ਉਹਨੂੰ ਸਰ ਕਰ ਸਕਦਾ ਉਸ ਮੰਜ਼ਲ ਤੱਕ ਪਹੁੰਚ ਸਕਦਾ ਹੈਗਾ ਦੱਸਦੇ ਆ ਕਿ ਜਦੋਂ ਪਾਦਰੀ ਜਿਹੜਾ ਸੀਗਾ ਨਾ ਇਸ ਤਰ੍ਹਾਂ ਦੀ ਵਿਚਾਰ ਰੱਖ ਰਿਹਾ ਸੀਗਾ ਇੱਕ 8-9 ਕੋ ਸਾਲ ਦਾ ਜਿਹੜਾ ਕੋਈ ਬੱਚਾ ਸਾਕਾ ਪਾਦਰੀ ਦੇ ਕੋਲ ਚੱਲ ਕੇ ਆਇਆ ਤੇ ਉਹਨੂੰ ਕਹਿਣ ਲੱਗਾ ਕਿ ਪਾਦਰੀ ਸਾਹਿਬ ਦੇਖੋ ਜਿਹੜਾ ਮੇਰਾ ਸਰੀਰ ਆ ਇਹ ਮੇਰਾ ਸਰੀਰ ਬੜਾ ਕਮਜ਼ੋਰ ਆ ਤੇ ਮੈਂ ਇੱਕ ਲੱਤ ਲੰਗਾ ਕੇ ਵੀ ਤੁਰਦਾ ਹਾਂ ਤੇ ਇਸ ਤਰ੍ਹਾਂ ਮੈਨੂੰ ਇਹ ਜਿਹੜਾ ਜੋ ਪੋਲੀਆ ਹੋਇਆ ਹੈਗਾ ਜੋ ਪੋਲੀ ਦੀ ਬਿਮਾਰੀ ਆ ਇਹ ਮੈਨੂੰ ਬਚਪਨ ਤੋਂ ਹੈਗੀ ਆ ਪਰ ਹਾਂ ਟਾੜਿਆਤਮ ਵਿਸ਼ਵਾਸ ਦੀ ਗੱਲ ਸੁਣ ਕੇ ਮੈਂ ਇਹ ਕਹਿ ਸਕਦਾ ਹਾਂ ਕਿ ਮੇਰੇ ਅੰਦਰ ਚੌਲ ਦੇ ਦਣ ਜਨਾਤਮ ਵਿਸ਼ਵਾਸ ਹੈਗਾ ਤੇ ਤੁਸੀਂ ਕਿਹਾ ਹੈਗਾ ਕਿ ਅਗਰ ਇਹ ਆਦਮੀ ਆਤਮ ਵਿਸ਼ਵਾਸ ድਰੜਤਾ ਦੇ ਨਾਲ ਆਪਣੇ ਸਰੀਰ ਦੇ ਅੰਦਰ ਊਰਜਾ ਪੈਦਾ ਕਰੇ ਤੇ ਇਹ ਆਤਮ ਵਿਸ਼ਵਾਸ ਸਮਾਪਕੇ ਪਹਾੜ ਜਿੰਨੀ ਤਾਕਤ ਬਣ ਸਕਦਾ ਹੈਗਾ ਤੇ ਮੈਂ ਚਾਹੁੰਦਾ ਹੈਗਾ ਕਿ ਜੋ ਚੋਲ ਦੇ ਧਾਣੇ ਜਿੰਨਾ ਮੇਰੇ ਅੰਦਰ ਆਤਮ ਵਿਸ਼ਵਾਸ ਹੈ ਇਸ ਵਿਸ਼ਵਾਸ ਨੂੰ ਜਗਾ ਕੇ ਮੈਂ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ 올림픽 ਖਿਡਾਰੀ ਖਾਸ ਕਰਕੇ ਦੌੜ ਦੇ ਵਿੱਚ ਉਹ 골ਡ ਮੈਡਲ ਜਿੱਤਣਾ ਚਾਹੁੰਦਾ ਹੈ ਤਗਮਾ ਜਿੱਤਣਾ ਚਾਹੁੰਦਾ ਹੈ ਜਦ ਇਹ ਨਹੀਂ ਗੱਲ ਹੋਈ ਤਾਂ ਉਹ ਪਾਦਰੀ ਨੇ ਉਸ ਬੱਚੇ ਵੱਲ ਬੜੀ ਗੌਰ ਨਾਲ ਤੱਕਿਆ ਜਦ ਕੀ ਦੇਖਿਆ ਉਹਦਾ ਸਰੀਰ ਬੜਾ ਕਮਜ਼ੋਰ ਸੀਗਾ ਤੇ ਖਾਸ ਕਰਕੇ ਉਹ ਜਦ ਤੁਰਦਾ ਸੀਗਾ ਨਾ ਉਹਦੇ ਤੁਰਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਬਿੰਗਵਾਲ ਪੈਂਦਾ ਸੀਗਾ ਜਦ ਪਾਦਰੀ ਨੇ ਉਹ ਉਸ ਨੂੰ ਇਸ ਤਰ੍ਹਾਂ ਚੱਲਦਾ ਦੇਖਿਆ ਤੇ ਪਾਦਰੀ ਜਿਹੜਾ ਸੀ ਸੋਚ ਕੇ ਉਹਨੂੰ ਕਹਿਣ ਲੱਗਾ ਕਿ ਤੇਰੇ ਸਰੀਰ ਦੀ ਬਣਤਰ ਜਿਹੜੀ ਇਹ ਮੈਨੂੰ ਇਹ ਦੱਸਦੀ ਆ ਕਿ ਤੂੰ ਚਾਹੁੰਦਾ ਕਿ ਮੈਂ 올림픽 ਦੇ ਵਿੱਚ ਦੌੜ ਕੇ ਇਹ ਆਤਮ ਵਿਸ਼ਵਾਸ ਦੇ ذریعے ਫਤਿਹ ਹਾਸਲ ਕਰ ਸਕਾ ਪਰ ਇਹ ਨਾ ਮੌਮਕਮਨ ਹੈ ਅਸੰਭਵ ਹੈ ਪਰ ਅਗਰ ਤੈਨੂੰ ਆਪਣੇ ਆਪ ਤੇ ਨਾ ਵਿਸ਼ਵਾਸ ਹੈ ਤੇ ਫਿਰ ਮੈਂ ਕਹਿ ਸਕਦਾ ਹੈਗਾ ਕਿ ਹੋ ਸਕਦਾ ਹੈ ਕਿ ਤੂੰ ਵੀ ਜ਼ਿੰਦਗੀ ਚ ਸਫਲਤਾ ਹਾਸਲ ਕਰ ਸਕੇ ਜਦ ਇੰਨੀ ਗੱਲ ਹੋਈ ਕਿ ਜਿਹੜਾ ਬੱਚਾ ਸੀਗਾ ਨਾ 8-9 ਸਾਲ ਦਾ ਪਾਦਰੀ ਦੇ ਮੋਰੇ ਹੱਸਿਆ ਉਹ ਹੱਸ ਕੇ ਕਹਿਣ ਲੱਗਾ ਕਿ ਤੁਸੀਂ ਮੇਰੇ ਸਰੀਰ ਵੱਲ ਨਾ ਦੇਖੋ ਕੇਵਲ ਆਤਮ ਵਿਸ਼ਵਾਸ ਵੱਲ ਦੇਖੋ ਤੇ ਇਸ ਆਤਮ ਵਿਸ਼ਵਾਸ ਦੇ ਸਹਾਰੇ ਮੈਂ ਦੁਨੀਆ ਦਾ ਸਭ ਤੋਂ ਤੇਜ਼ ਦੜਾਕ ਖਿਡਾਰੀ ਬਣ ਸਕਦਾ ਤੇ ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਕੇਵਲ ਅਸੀਸ ਦਿਓ ਮੈਂ ਤੁਹਾਡੀ ਅਸੀਸ ਦੇ ਸਦਕਾ ਇਸ ਆਤਮ ਵਿਸ਼ਵਾਸ ਨੂੰ ਹੋਰ ਜਗਾ ਸਕਾਂ ਜਦ ਇਹ ਨਹੀਂ ਗੱਲ ਹੋਈ ਤਾਂ ਫਿਰ ਕਹਿੰਦੇ ਵੀ ਉਹ ਪਾਦਰੀ ਨਹੀਂ ਨਾ ਫਿਰ ਸੋ ਬੱਚੇ ਨੂੰ ਅਸੀਸ ਦਿੱਤੀ ਉਹ ਕਹਿਣ ਲੱਗਾ ਕਿ ਰੱਬ ਤੁਹਾਡੇ ਮਨ ਸੇ ਨੂੰ ਪੂਰਾ ਕਰੇ ਜਦ ਇਸ ਤਰ੍ਹਾਂ ਦੀ ਉਹਨੇ ਅਸੀਸ ਦਿੱਤੀ ਤੋਂ ਉਸ ਤੋਂ ਬਾਅਦ ਦੱਸਦੇ ਆ ਉਹ ਬੱਚੇ ਨੇ ਹਨ ਆਪਣੀ ਜੀਵਨ ਦੇ ਵਿੱਚ ਬਹੁਤ ਵੱਡੀ ਸਟਰਗਲ ਕੀਤੀ ਬਹੁਤ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਆਪਣੇ ਆਤਮ ਵਿਸ਼ਵਾਸ ਨੂੰ ਇੰਨਾ ਦ੍ਰਿੜ ਤੇ ਗਹਿਰਾ ਅੰਦਰ ਉਹਨੇ ਖਿੱਚਿਆ ਇੰਨਾ ਜਗਾਇਆ ਕਿ ਸਵੇਰੇ ਉੱਠਦੇ ਸਾਰੀ ਉਹਨੇ ਗਰਾਊਂਡ ਵਿੱਚ ਦੌੜਨਾ ਸ਼ੁਰੂ ਕਰ ਦਿੱਤਾ ਦੌੜਨ ਤੋਂ ਬਾਅਦ ਆਪਣੇ ਸਰੀਰ ਦੀ ਮਾਰਸ਼ ਕਰਨੇ ਸ਼ੁਰੂ ਕਰ ਦਿੱਤੀ ਮਾਸਪੇਸ਼ੀਆਂ ਨੂੰ ਜਗਾਉਣਾ ਸ਼ੁਰੂ ਕਰਤਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦਾ ਕਰਦਾ ਬੱਚਾ ਜਿਹੜਾ ਸੀਗਾ ਇੱਕ ਦਿਨ ਉਹ 올림픽 ਦੀ ਗਰਾਊਂਡ ਦੇ ਵਿੱਚ ਵੀ ਪਹੁੰਚਿਆ ਜਿੱਥੇ ਦੌੜ ਦੇ ਵਿੱਚ ਉਹਨੇ ਗੋਲ ਮੈਡਲ ਹਾਸਲ ਕਰਕੇ ਆਪਣੇ ਮੁਲਕ ਦਾ ਨਾਂ ਰੋਸ਼ਨ ਕੀਤਾ ਇਹ ਸਾਰਾ ਕੁਝ ਨਾ ਆਤਮ ਵਿਸ਼ਵਾਸ ਦੇ ਜਰੀਏ ਹੈਗਾ ਇਸ ਕਰਕੇ ਆਤਮ ਵਿਸ਼ਵਾਸ ਗਰਵਾਣੀ ਦੇ ਵਿੱਚ ਦੱਸਦੇ ਆ ਕਿ ਗਰਵਾਣੀ ਕਹਿੰਦੀ ਆ ਕਿ ਕਿਣਕਾ ਇੱਕ ਜਸ ਜੀ ਬਸਾਵੇ ਤਾਂ ਕਿ ਮਹਿਮਾ ਘਣੀ ਨਾ ਆਵੇ ਕਿ ਕਿਣਕੇ ਜਿੰਨਾ ਵੀ ਆਤਮ ਵਿਸ਼ਵਾਸ ਜੇਸ ਦੇ ਹਿਰਦੇ ਵਿੱਚ ਪੈਦਾ ਹੋ ਜਵੇ ਹਨਾ ਉਹ ਦੀフェ ਕਹਿੰਦੇ ਮੈਂ ਮੱਕੇ ਨਹੀਂ ਜਾ ਸਕਦੇ ਅਗਰ ਉਹਨੂੰ ਇਹ ਆਤਮ ਵਿਸ਼ਵਾਸ ਸਹੀ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਉਪਯੋਗ ਕਰਨਾ ਆ ਜਾਵੇ ਤੇ ਆਤਮ ਵਿਸ਼ਵਾਸ ਵਿੱਚੋਂ ਜਿਹੜੀ ਪੈਦਾ ਹੋਈ ਊਰਜਾ ਸ਼ਕਤੀ ਆ ਉਹਦਾ ਆਪਣੇ ਜੀਵਨ ਦੇ ਵਿੱਚ ਸਹੀ ਇਸਤੇਮਾਲ ਕਰਕੇ ਉਹ ਜ਼ਿੰਦਗੀ ਦੇ ਕਿਸੇ ਵੀ ਕਾਰਜ ਦੇ ਵਿੱਚ ਫਤਿਹ ਹਾਸਲ ਕਰ ਸਕਦਾ ਹੈਗਾ ਇਸ ਕਰਕੇ ਜ਼ਰੂਰੀ ਆ ਕਿ ਸਾਨੂੰ ਆਪਣੇ ਆਤਮ ਵਿਸ਼ਵਾਸ ਨੂੰ ਜਗਾਉਣ ਲਈ ਪਰ ਜਿਹੜਾ ਆਤਮ ਵਿਸ਼ਵਾਸ ਆ ਹਨਾ ਇਹ ਆਤਮ ਵਿਸ਼ਵਾਸ ਅਗਰ ਕਿਸੇ ਨੇ ਧ੍ਰੜ ਕਰਉਣਾ ਹੋਵੇ ਜਾਂ ਉਹ ਸਤੀਲੀ ਦੀ ਚੰਗਿਆੜੀ ਤੋਂ ਜੰਗਲ ਵਰਗੀ ਅੱਗ ਭਾਂਬੜ ਪੈਦਾ ਕਰਨੀ ਹੋਵੇ ਤਾਂ ਉਹਦੇ ਵਾਸਤੇ ਇੱਕੋ ਇੱਕ ਜੋ ਸੌਖਾ ਤੇ ਬੜਾ ਆਸਾਨ ਤਰੀਕਾ ਹੈ ਉਹ ਹੈ ਗੁਰਮਤ ਦੇ ਨਾਲ ਜੁੜਨਾ ਗੁਰਬਾਣੀ ਨੂੰ ਪੜਨਾ ਗੁਰਬਾਣੀ ਨੂੰ ਕੰਠ ਕਰਨਾ ਗੁਰਬਾਣੀ ਦੀ ਵਿਚਾਰ ਕਰਨੀ ਸਾਧਾਂ ਸੰਤਾਂ ਦੀ ਸੰਗਤ ਕਰਨੀ ਕੀਰਤਨ ਕਰਨਾ ਸੁਣਨਾ ਸੇਵਾ ਕਰਨੀ ਇਤ ਆਦਿਕ ਇਹ ਜਿਹੜੀ ਜੋ ਸਾਧਨਾ ਨਾ ਧਰਮ ਦੇ ਇਹ ਸਾਡੇ ਅੰਦਰ ਆਤਮ ਵਿਸ਼ਵਾਸ ਨੂੰ ਬਹੁਤ ਉੱਚਾ ਚੱਕਦੇ ਆ ਬਹੁਤ ਦ੍ਰੜ ਕਰਦੇ ਆ ਇਹ ਆਤਮ ਵਿਸ਼ਵਾਸ ਇੱਕ ਚੌਲ ਦੇ ਦਾਣੇ ਤੋਂ ਉੱਠ ਕੇ ਬਹੁਤ ਵੱਡਾ ਜਿਹੜਾ ਹੈਗਾ ਉਸ ਮੇਹਰ ਪਰਬਤ ਦੀ ਤਰ੍ਹਾਂ ਇੱਕ ਸ਼ਕਤੀਸ਼ਾਲੀ ਪਹਾੜ ਬਣ ਸਕਦਾ ਹੈਗਾ ਇਸ ਤਰ੍ਹਾਂ ਇਹ ਆਤਮ ਵਿਸ਼ਵਾਸ ਨੂੰ ਜਗਾਉਣ ਦੇ ਇਹ ਬੜੇ ਸੌਖੇ ਤੇ ਸਿੰਪਲ ਤਰੀਕੇ ਆ ਇਹਦੇ ਨਾਲ ਕੀ ਹੁੰਦਾ ਹੈ ਕਿ ਜਿੱਥੇ ਸਾਡੀ ਰੋਹਾਨੀਅਤ ਤੇ ਤਰੱਕੀ ਹੁੰਦੀ ਹੈ ਨਾ ਜਿੱਥੇ ਸਾਡੀ ਰੋਹਾਨੀਅਤ ਉੰਤੀ ਹੁੰਦੀ ਹੈਗੀ ਆ ਅਸੀਂ ਵਾਹਿਗੁਰੂ ਵੱਲ ਵਧਦੇ ਆ ਉਸ ਖਲਕਤ ਦੇ ਦਾਤੇ ਨਾਲ ਪ੍ਰੇਮ ਕਰਦੇ ਆ ਉਹਦੀਆਂ ਦਿੱਤੀਆਂ ਦਾਤਾਂ ਦੇ ਨਾਲ ਅਸੀਂ ਸਾਂਝ ਪੈਦਾ ਕਰਦੇ ਆ ਉਹਦੇ ਜੀਵਨ ਨਾਲ ਸਾਂਝ ਪੈਦਾ ਕਰਦੇ ਆ ਇਸ ਤਰ੍ਹਾਂ ਅਸੀਂ ਸਮਾਜ ਦੀ ਸੇਵਾ ਕਰਦੇ ਆ ਧਰਮ ਦੀ ਸੇਵਾ ਕਰਦੇ ਆ ਦੁਨੀਆਂ ਦੇ ਵਿੱਚ ਮਾਣ ਸਨਮਾਨ ਸਾਨੂੰ ਸਭ ਕੁਝ ਮਿਲਦਾ ਹੈਗਾ ਤੇ ਜਿਉਂ-ਜਿਉਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਵਿੱਚ ਪ੍ਰਾਪਤ ਹੁੰਦੀਆਂ ਨਾਲ-ਨਾਲ ਸਾਡਾ ਆਤਮ ਵਿਸ਼ਵਾਸ ਜਿਹੜਾ ਬਲੰਦੀਆਂ ਤੇ ਪਹੁੰਚਦਾ ਹੈਗਾ ਤੇ ਇਸ ਤਰ੍ਹਾਂ ਇਹ ਬਲੰਦੀਆਂ ਤੇ ਪਹੁੰਚਿਆ ਹੋਇਆ ਆਤਮ ਵਿਸ਼ਵਾਸ ਫਿਰ ਮਨ ਦੇ ਇੱਕ ਹੀ ਸੰਕਲਪ ਦੇ ਨਾਲ ਬਹੁਤ ਵੱਡਾ ਪਹਾਮੜ ਬਣ ਜਾਂਦਾ ਹੈ ਜਿਵੇਂ ਕਹ ਲਓ ਕਿ ਸਾਡੇ ਅੰਦਰ ਇੱਕ ਐਸੀ ਸ਼ਕਤੀ ਪੈਦਾ ਹੋ ਜਾਂਦੀ ਆ ਜੇ ਇਸ ਸ਼ਕਤੀ ਨੂੰ ਅਸੀਂ ਇੱਛਾਪੂਰਕ ਆਖ ਲਈਏ ਤੇ ਇਹ ਇੱਛਾਪੂਰਕ ਜੋ ਦਾਤਾ ਹੈਗਾ ਉਸ ਸ਼ਕਤੀ ਦੇ ਅੰਦਰ ਹੀ ਬੈਠਾ ਹੁੰਦਾ ਇਸੇ ਕਰਕੇ ਗੁਰਵਾਨੀ ਨੇ ਆਖਿਆ ਕਿ ਇੱਛਾਪੂਰਕ ਸਰਵ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਤੇ ਆਈਏ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੇ ਮਰੇ ਮਨਾ ਸੋ ਸਾਨੂੰ ਆਪਣਾ ਆਤਮ ਵਿਸ਼ਵਾਸ ਜਗਾਉਣ ਵਾਸਤੇ ਅਮਰਤ ਵੇਲੇ ਦਾ ਪਹਿਲਾਂ ਸਭ ਤੋਂ ਉੱਠ ਕੇ ਸਹਾਰਾ ਲੈਣਾ ਚਾਹੀਦਾ ਅਮਰਤ ਵੇਲੇ ਜਾਗਣਾ ਠੰਡੇ ਪਾਣੀ ਦਾ ਇਸ਼ਨਾਨ ਕਰਨਾ ਉਸ ਤੋਂ ਬਾਅਦ ਫੇ ਆਪਣਾ ਨਿਤਨੇਮ ਕਰਨਾ ਸੇਵਾ ਸਿਮਰਨ ਗਰਵਾਣੀ ਨਾਲ ਜੁੜਨਾ ਇਸ ਤਰ੍ਹਾਂ ਸੀ ਜੁੜਦੇ ਜੁੜਦੇ ਨਾਲ-ਨਾਲ ਧਰਮ ਦੇ ਕਾਰਜ ਕਰਦੇ ਹੋਏ ਆਪਣੇ ਆਤਮ ਵਿਸ਼ਵਾਸ ਨੂੰ ਬਲੰਦੀਆਂ ਤੇ ਪਹੁੰਚਾ ਸਕਦੇ ਆ ਤੇ ਅਸੰਭਵ ਤੋਂ ਸੰਭਵ ਕੰਮ ਨੂੰ ਬੜੇ ਆਸਾਨੀ ਦੇ ਨਾਲ ਜਿਵੇਂ ਕਹ ਲੋ ਕਿ ਇੱਕ ਚੁਟਕੀ ਦੇ ਵਿੱਚ ਹੀ ਅਸੀਂ ਸਭ ਕੁਝ ਕਰਨ ਦੇ ਸਮਰੱਥ ਹੋ ਜਾਂਦੇ ਆ ਸੋ ਇਹ ਹੈ ਆਤਮ ਵਿਸ਼ਵਾਸ ਦੀ ਜੋ ਕਲਾ ਅਗਰ ਕਿਸੇ ਗੁਰਸਿੱਖ ਦੇ ਵਿੱਚ ਇਹ ਆਤਮ ਵਿਸ਼ਵਾਸ ਕਿਸੇ ਵੀ ਤਰੀਕੇ ਦੇ ਨਾਲ ਇਹ ਬਲੰਦੀਆਂ ਛੁਣ ਲੱਗ ਪਵੇ ਉਹ ਜਿਹੜੇ ਦਿਨ ਉਹ ਇੰਨੇ ਦੂਰ ਨਹੀਂ ਕਿ ਜਦੋਂ ਇਹ ਜਿਹੜਾ ਜੀਵ ਹੈਗਾ ਇਹ ਲੋਕ ਸੁਖਿਆ ਤੇ ਪਰਲੋਕ ਸਹਿਲਾ ਵੀ ਹੋ ਸਕਦਾ ਹੈ ਤੇ ਜਿੱਥੇ ਜਾਵੇ ਤੇ ਇਹਦੀ ਫਤਿਹ ਫਤਿਹ ਸਾਰੇ ਪਾਸੇ ਹੁੰਦੀ ਆ ਜਿਉਂ ਕਹ ਲੋ ਕਿ ਇਹ ਜੋ ਜੀਵ ਪ੍ਰਾਣੀ ਆ ਪਰਮੇਸ਼ਰ ਦਾ ਰੂਪ ਹੋ ਕੇ ਫਤਿਹ ਦਾ ਰੂਪ ਹੋ ਜਾਂਦਾ ਹੈ ਤੇ ਇਹਦੇ ਜੀਵਨ ਦੇ ਵਿੱਚ ਫਤਿਹ ਤੋਸਵਾਏ ਦੂਸਰਾ ਕੋਈ ਹੋਰ ਫੁਰਨਾ ਨਹੀਂ ਹੁੰਦਾ ਖਾਰ ਦਾ ਸੁਪਨਾ ਇਹਦੇ ਚਿੱਤ ਦੇ ਵਿੱਚ ਕਦੇ ਪੈਦਾ ਨਹੀਂ ਹੁੰਦਾ ਕੇਵਲ ਫਤਿਹ ਹੀ ਫਤਿਹ ਹੁੰਦੀ ਹੈ ਇਹ ਆਤਮ ਵਿਸ਼ਵਾਸ ਦੀ ਸਭ ਤੋਂ ਵੱਡੀ ਤਾਕਤ ਹੈ ਸੋ ਦਸ ਇਨੇ ਕੋ ਬਚਨ ਹੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾਂ ਦਾ ਜਾਚਕਵਾ ਜੀ ਉਹਨਾਂ ਵਿਅੰਤ ਪੁੱਲਾ ਚੋਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ